अपनी कुड़ी अपना शरीर दिखा रही नंगा। हां जी बस साहब पंजाबन आंटी है जी कुड़ी नी आंटी 50 साल उम्र ओदी ओ शरीर दी नमाज कर रही है भी मेनू ना भेजो अपने गिफ्टा वास्ते जी बस भी मैं तेनू आ दिखाउनी है तू मेनू गिफ्ट इन्ने कर आ दिखाउनी आए कर बस मैं हैरान ही रह गया ओ गल ओ ता वीडियो देख के नहीं जा एक मिनट जायो ना मेनू एक मिनट होर आधारा दे दो जिंदगी दा एक समा एक साथ दे दो दा एक साथ सोने होर दे जा जान लग गया सोने लंबी उम्र होवे जरूर जरूर अच्छा जरूर मैं पुबा मार के रो रहा अच्छा यह मतलब कोई जंग कुड़ी नहीं है आंटी किन्ने साल दी होगी इन सारे कपड़े उतार ने उतार के आंदी है ते अपने हुण मैं ए ना एदा दीप गले दा पाके आंदी है एदा नीवी हो दिखाउंदी है आंटी है जी आंटी ओ माय गॉड कम ऑन बेबी कुड़ी नहीं हैगी जी ओ आंटी है ओदी उम्र 50 साल प्लस होगी जी बस दा मैं तां वीडियो मोटी किसे देखी है ए औरत हो भी देखी है ਇਹਨੂੰ ਸ਼ਰਮ ਨਹੀਂ ਆ ਰਹੀ ਇਸ ਉਮਰ ਦੇ ਵਿੱਚ ਇਹ ਸਖੇ ਪਾਲਦੇ ਆਪਣੇ ਸਿਰ ਦੇ ਉੱਪਰ ਸਵਾਰ ਟੋਕੜਾ ਪਾਵੇ ਦੇ ਉੱਤੇ ਟੋਕਰੇ ਵਿੱਚ ਕਿਥੇ ਰਹੀ ਤੇ ਸਵਾਹ ਵੀ ਹੈ ਨਹੀਂਗੀ ਟੋਕਰੇ ਵੀ ਗਿਆ ਤੇ ਸਵਾਹ ਵੀ ਗਈ ਤੇ ਸ਼ਰਮ ਵੀ ਗਈ ਇਹ ਆ ਵੀ ਗਿਆ ਇਹ ਫ੍ਰੀ ਮਣੀ ਵਾਲੇ ਇੱਕ ਬਸ ਨਾ ਉਹ ਬਲੌਗਰ ਇਹ ਉਸੇ ਆਂਟੀ ਦੀ ਗੱਲ ਤਾਂ ਨਹੀਂ ਕਰਦੇ ਜਿਹੜੀ ਇਹ ਕਹਿੰਦੀ ਹੁੰਦੀ ਹੈ ਮੈਂ ਤਾਂ ਆਪਣੀ ਗੁੱਡੀ ਨੂੰ ਵੀ ਸਿਖਾ ਰਹੀ ਹਾਂ ਕਿ ਆਪਾਂ ਨੂੰ ਇਸ ਕੰਮ 'ਚ ਇਨਕਮ ਆਪਾਂ ਇਹ ਕੰਮ ਕਰਾਂਗੇ ਨਹੀਂ ਸਿੱਧੂ ਵੀਰੇ ਮੈਨੂੰ ਉਹਦਾ ਨਹੀਂ ਪਤਾ ਵੀ ਉਹ ਕੁੜੀ ਨੂੰ ਵੀ ਦੱਸ ਰਹੀ ਆ ਮੈਂ ਇੱਥੇ ਉਹ ਸਟੇਟਮੈਂਟ ਦੇ ਮੈਂ ਤਾਂ ਉਹ ਵੀਡੀਓ ਜਾਣ ਲਗਾ ਸੀ ਜਦੋਂ ਮੈਂ ਦੇਖੀ ਉਹ ਆਂਟੀ ਨਮਾਇਸ਼ ਕਰ ਰਹੀ ਸੀ ਮੈਂ ਕਿਹਾ ਗਾਹ ਕਰ ਦੋ ਲਾਈਵ 'ਚ ਕਰ ਰਹੀ ਸੀਗੀ ਨਹੀਂ ਕੋਲ ਜਦੋਂ ਤੁਸੀਂ ਸਦਨ 'ਚ ਲਾ ਬੈਠੋ ਬੱਚੇ ਤੁਹਾਡੇ ਕੋਲ ਹੋਣ ਮਾਂ ਬੈਠੀ ਹੋਵੇ ਪਿਓ ਬੈਠਾ ਹੋਵੇ ਆਪ ਜੀ ਸਤਿਕਾਰਯੋਗ ਸਾਡੇ ਸਰਤਾਜ ਨੇ ਤੇ ਤੁਸੀਂ ਕਹੋਗੇ ਤਾਂ ਇਹ ਆਪਣੀ ਪੰਜਾਬੀ ਬੁੜੀ ਆ ਇਹਨੂੰ ਸ਼ਰਮ ਨਹੀਂ ਆ ਰਹੀ ਇਹਨੂੰ ਬਸ ਸਾਹਿਬ ਜੀ ਨਹੀਂ ਕਰਦਾ ਜੀ ਤੇ ਹੁਣ ਟਿਕਟੌਕ ਵੀ ਨਹੀਂ ਚਲਾ ਸਕਦੇ ਜੀ ਬੱਚੇ ਅੱਜ ਬਹਿ ਕੇ ਬੱਚਿਆਂ ਨੂੰ ਥੈਂਕ ਯੂ ਕਾਲਰ ਥੈਂਕ ਯੂ ਜੀ ਆਓ ਸਾਨੂੰ ਸ਼ਰਮਾ ਸਿਰ ਚੁੱਕਦਾ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇਹ ਸੱਚੀ ਗੱਲ ਹੈ ਤੁਸੀਂ ਵੀ ਦੇਖੀ ਹੈ ਇਹ ਔਰਤ 50 ਸਾਲ ਦੀ ਆਂਟੀ ਚੰਟੀ ਬੰਟੀ ਸੱਚੀ ਗੱਲ ਹੈ ਜੀ ਗੱਲ ਬਹੁਤ ਸਹੀ ਹੈ ਜੀ ਕਾਲਰ ਦੀ ਉਹ ਵੀਡੀਓ ਮੈਂ ਹੀ ਦੇਖੀ ਸੀਗੀ ਟਿਕਟੌਕ ਤੇ ਬਹੁਤ ਕੰਮ ਆਈ ਹੈ ਉਹ ਲਾਈਵ ਤੇ ਵੀ ਆਂਟੀ ਨਾਲ ਕੋਈ ਇੱਕ ਦੋ ਹੋਰ ਮੁੰਡੇ ਹੀ ਹੁੰਦੇ ਆ ਉਹ ਕਹਿੰਦੇ ਮੈਨੂੰ ਕੋਈਨ ਭੇਜੋ ਮੈਨੂੰ ਗਿਫਟ ਭੇਜੋ ਮੇਰਾ जवाई देखूगा ओदा पोत जवाई देखूगा दोत जवाई देखूगा ओदा मुंडा देखूगा ओदी धी ओदी नूंह देखूगी धी देखूगी देखण तो ही पता लगता जी ओदी उम्र काफी 50-55 साल की होनी है तो भी उपर ही होनी है जी पर इन गंदिया गलां बोलती है देखो फलाना देखो तुम मैनू कोइन भेजो ਜੇ ਤੁਸੀਂ ਹੋਰ ਕੱਪੜੇ ਲਾਉਣੇ ਆ ਤੁਸੀਂ ਮੈਨੂੰ ਹੋਰ ਕੋਇਨ ਭੇਜੋ ਇਦਾਂ ਗੱਲਾਂ ਕਰਦੀ ਹੈ ਜੀ ਉਹ ਕਿੱਥੋਂ ਦੀ ਉਹ ਅੰਤਰੀ ਉਹ ਕੈਨੇਡਾ ਦੀ ਕੋਈ ਆਈ ਓ ਮਾਈ ਗੋਡ ਜਿਵੇਂ ਬਾਈ ਕਹਿੰਦਾ ਸੀਗਾ ਜੀ ਕੈਨੇਡਾ ਵਾਲੀ ਆਂਟੀ ਲੈ ਲੈ ਕੇ ਉਹਦੀਆਂ ਵੀਡੀਓ ਹੁਣ ਹੋਰ ਟਿਕਟੌਕ ਵਾਲੇ ਚੱਕ ਚੱਕ ਕੇ ਸਕਰੀਨ ਸ਼ਾਟ ਲੈ ਲੈ ਕੇ ਪਾਈ ਜਾਂਦੇ ਆ ਜੀ ਉਹ ਬਹੁਤ ਘੁੰਮੀ ਜਾਂਦੀ ਹੈ ਜੀ ਉਹ ਟਿਕਟੌਕ ਇਹਦੇ ਨਾਲ ਤੁਸੀਂ ਆਪਣੀ ਮਾਮਾ ਨੂੰ ਭੈਣਾ ਨੂੰ ਤੁਹਾਡੀ ਜਿਹੜੀ ਮਾਤਾ ਸਰ ਮੇਰੇ ਸਿਰ ਦਾ ਤਾਜ ਨੇ ਤੁਸੀਂ ਮੇਰੇ ਸਿਰ ਦੇ ਤਾਜ ਹੋ ਮੈਂ ਤੁਹਾਡੇ ਅੱਗੇ ਸਿਰ ਝੁਕਾਉਂਦਾ ਜਾ ਰਿਹਾ ਇਹਨੂੰ ਰੋਕੋ ਗੰਦ ਨੂੰ मेहरबानी कॉलर तुसी आज खोल के दसो केड़ी आंटी आ हांजी हांजी ना मैं ना वीडियो यानी कि टिकटॉक डिलीट करती हूं फिर ऐसा करके तो मैं वीडियो भी नहीं कोई कर देंगे मैं वीडियो लग जाता मैं बात पे व्हाट्सएप पे भी जल्दी कोई कर दूंगा ਬਹੁਤ ਜ਼ਿਆਦਾ ਹੀ ਉਹਦੇ ਨਾਲ ਗੱਲਾਂ ਕਰ ਕੇ ਬੋਲ ਨਹੀਂ ਸਕਦੇ ਗੇ ਤੇ ਤੁਹਾਡੀ ਹੱਥ ਤੋਂ ਬਾਹਰ ਚਲਾ ਜਾਣਾਗਾ ਤੇ ਉਹਦਾ ਬਹੁਤ ਕੁਛ ਕਰਦੀ ਹੈ ਜੀ ਕਿਉਂਕਿ ਜਮਾ ਜਿਵੇਂ ਆਪਾਂ ਕਰਕੇ ਮਿਊਟ ਹੀ ਕੰਮ ਚੱਲਦਾ ਜੀ ਉਹਨਾਂ ਓ ਮਾਈ ਗੋਡ ਸ਼ਰਮ ਚਾਹੀਦੀ ਇਸ ਔਰਤ ਨੂੰ ਸ਼ਰਮ ਕਰੇ ਇਹ ਆਪਾਂ ਮੈਂ ਕਿਹਾ ਜੀ ਇੱਥੇ ਇੱਕ ਆਂਟੀ ਨੂੰ ਕਹਿੰਦੇ ਰੋਂਦੇ ਆ ਇੱਥੇ ਆਵਾਜ਼ ਉੱਤਿਆ ਪਿਆ ਜੀ ਆ ਹੁਣ ਅਸੀਂ ਆਪਾਂ ਇੰਡੀਆ ਨੂੰ ਮਾੜਾ ਦਾ ਕਹੀ ਜਾਂਦੇ ਆ ਇੰਡੀਆ ਦੇ ਵਿੱਚ ਟਿਕਟੌਕ ਕਾਹਦੇ ਬੈਨ ਕੀਤੀ ਹੈਗੀ ਆ ਇਸੇ ਕਾਰਨ ਕਰਕੇ ਟਿਕਟੌਕ ਇੰਡੀਆ ਬੈਨ ਕੀਤੀ ਵੀ ਹੈਗੀ ਆ ਮੋਦੀ ਸਾਹਿਬ ਗ੍ਰੇਟ ਪ੍ਰਾਈਮ ਮਿਨਿਸਟਰ ਨੇ ਹਿੰਦੁਸਤਾਨ ਦੇ ਹਿੰਦੁਸਤਾਨ ਭਾਰਤ ਜਿੰਦਾਬਾਦ ਔਰ ਅਸੀਂ ਕਦੇ ਕਰਦੇ ਸਤਿਕਾਰ ਕਰਦੇ ਆ ਪਰ ਸਾਡੇ ਇਸ ਮੁਲਕ ਦੇ ਵਿੱਚ ਸੱਤਿਆਨਾਸ਼ ਕਰ ਦਿੱਤਾ ਆ ਸਾਡੀ ਇੱਥੇ ਸਰਕਾਰਾਂ ਇੰਨੀਆਂ ਨਲਾਇਕ ਨੇ ਨਕਮੀਆਂ ਨੇ ਜਿਹੜੀਆਂ ਪਰਵਾਹ ਨਹੀਂ ਕਰਦੀਆਂ ਦੇਸ਼ ਨੂੰ ਦੇਖਿਆ ਜਾਵੇ ਕਿ ਕੰਗਾਲ ਕਰ ਦਿੱਤਾ ਆ ਇੱਥੇ ਟੋਕਰਾ ਸਵਾਹ ਨਾ ਕੁਝ ਨਹੀਂ ਮਰਦਾ ਡੱਬ ਟਰੱਕੇ ਖੜਦੀਆਂ ਸਵਾਹ ਆਉਣ ਦਾ ਇਹ ਤਾਂ ਭਾਈ ਡੱਬ ਟਰੱਕ ਲਿਆਉਣੇ ਪੈਣੇ ਵੱਡੇ ਵੱਡੇ ਸਿਰ ਦੇ ਸਵਾਹ ਦੇ ਟੋਕਰੇ ਸਵਾਹ ਦਾ ਮਤਲਬ ਟਰੰਕ ਲਿਆ ਕੇ ਇਸ ਆਂਟੀ ਦੇ ਪਾਓ ਸਿਰ 'ਚ
सारे कपड़े उतार के शरीर नूं दिखा दिया ने मैं होर कहां शरीर दिखाना ते मैनूं होर पैसे भेज ओ माय गॉड शर्म चाहिए है शर्म हयावल पर्दा किथे चले गया यार दुकाना दे विकणो बंद हो गया ਉਹਨੂੰ ਕਮੈਂਟ ਪਾਓਗੇ ਆਪਣੇ ਮੁੰਡੇ ਨੂੰ ਦਿਖਾ ਲੈ ਆਪਣੇ ਪਿੰਡ ਵਿੱਚ ਜਾ ਕੇ ਤੂੰ ਪਿੰਡ ਦੇ ਵਿੱਚ ਜਾ ਕੇ ਪਿੰਡ ਜਾ ਇੰਡੀਆ 'ਚ ਤੇ ਪਿੰਡ ਵਿੱਚ ਜਾ ਕੇ ਨੰਗੀ ਹੋ ਕੇ ਘੁੰਮ ਪਿੰਡ 'ਚ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਜਿਹੜੀਆਂ ਬੱਚੇ ਇੱਥੇ ਕੁੜੀਆਂ ਜਾਂ ਪਰਮਾਨੈਂਟ ਜਾਂ ਕੋਈ ਵੀ ਬਾਕੀ ਹਾਰਡ ਵਰਕ ਕਰਦੇ ਆ ਉਹਨਾਂ ਦੇ ਦਿਲ ਦੇ ਵਿੱਚ ਕਦੇ ਨਾ ਕਦੇ ਤਾਂ ਗੱਲ ਇਹ ਆਉਂਦੀ ਆ ਨਾ ਕਿ ਅਸੀਂ ਵੀ ਇਹ ਚੀਜ਼ ਕਰਕੇ ਦੇਖ ਲਈਏ ਕਿ ਤਾਂ ਸਾਨੂੰ ਵੀ ਇੰਨੇ ਪੈਸੇ ਬਣ ਜਾਣ ਇਹਨਾਂ ਨੂੰ ਤਾਂ ਨਾ ਮੈਂ ਕਹਿੰਦੀ ਹਾਂ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਤੇ ਮੂੰਹ ਦੇ ਵਿੱਚ ਕੱਪੜਾ ਤੁੰਨ ਕੇ ਨਾ ਇਹਨਾਂ ਦੇ ਚੰਗੀ ਤਰ੍ਹਾਂ ਪਾਸੇ ਭੰਨਣੇ ਚਾਹੀਦੇ ਆ ਦੈਟਸ ਆਲ ਆਮ ਗੋਨਾ ਸੇ ਫਿਜ਼ੀਕਲੀ ਤੌਰ ਤੇ ਦੇਖੋ ਅਸੀਂ ਕੰਡੈਮ ਕਰਦੇ ਕਰ ਨਹੀਂ ਸਕਦੇ ਤੇ ਇਹ ਤਾਂ ਫਿਜ਼ੀਕਲੀ ਕੀ ਕੁਛ ਕਰ ਰਹੀਆਂ ਨੇ ਅੱਛਾ ਬੇਟਾ ਮੈਨੂੰ ਦੱਸੋ ਤੁਸੀਂ ਮੇਰੇ ਬੱਚੇ ਤੁਸੀਂ ਮੇਰੇ ਸਰਕਾਰ ਦੇ ਬੱਚੇ ਹੋ ਤੁਹਾਡਾ ਕਿੰਨਾ ਮਨ ਦੁਖੀ ਹੋਇਆ ਅੱਛਾ ਇਹ ਬੱਚੇ ਦੇ ਧੀਆਂ ਨਹੀਂ ਹੋਣਗੀਆਂ ਇਹਦੇ ਇਹਨਾਂ ਦੀਆਂ ਧੀਆਂ ਮੁੰਡੇ ਸਭ ਕੁਛ ਹੈਗੇ ਆ ਬਸ ਇਹਨਾਂ ਨੂੰ ਮੈਂ ਇਹੀ ਸੋਚਦੀ ਹਾਂ ਵੀ ਆਉਣ ਵਾਲੇ ਕਪਲ ਸਾਲਾਂ ਦੇ ਵਿੱਚ ਜਦੋਂ ਇਹਨਾਂ ਦੀਆਂ ਕੁੜੀਆਂ ਨੂੰ ਸਕੂਲਾਂ ਦੇ ਵਿੱਚ ਘੇਰਨਗੇ ਕੁਛ ਕਹਿਣਗੇ ਉੱਥੇ ਕੀ ਸਟੈਂਡ ਲੈ ਲੈਣਗੀਆਂ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਜਨਾਨੀਆਂ ਦਾ ਤਾਂ ਕੋਈ ਸਟੈਂਡ ਹੀ ਹੈ ਨਹੀਂ ਨਹੀਂ ਬੇਟੇ ਜਦੋਂ ਗੁਰਦੁਆਰੇ ਜਾਂਦੀਆਂ ਨੇ ਜਾਂ ਸ਼ਾਪਿੰਗ ਕਰਨ ਜਾਂਦੀਆਂ ਨੇ ਬਾਹਰ ਪਾਰਟੀ ਜਾਂਦੀਆਂ ਨੇ ਇਹ ਕਿਹੜੇ ਮੂੰਹ ਨੇ ਜਾਂਦੀਆਂ ਨੇ ਸ਼ਰਮ ਨਹੀਂ ਆਉਂਦੀ ਕਿ ਮੈਂ ਕੱਪੜੇ ਉਹ ਤਾਂ ਮੈਂ ਉਹੀ ਮੈਂ ਕਹਿੰਦੀ ਹਾਂ ਇਹਨਾਂ ਇਹਨਾਂ ਜਦੋਂ ਤਾਂ ਵੀਡੀਓਜ਼ ਵਗੈਰਾ ਪਾਉਂਦੀਆਂ ਨੇ ਨਾ ਵੀ ਆ ਮੇਰੀ ਫਰੈਂਡ ਹੈ ਮੇਰੀ ਜਿਸ ਫਰੈਂਡ ਉਹ ਇਹੋ ਜਿਹੀਆਂ ਫਰੈਂਡਾਂ ਕਿਹੋ ਜਿਹੀਆਂ ਨੇ ਜਿਹੜੀਆਂ ਇਹਨਾਂ ਨੂੰ ਕਹਿੰਦੀਆਂ ਵਾ ਵੀ ਤੂੰ ਨੰਗੀ ਹੋ ਜਾ ਤੇ ਤੈਨੂੰ ਪੈਸੇ ਮਿਲੂਗੇ ਇਹ ਤਾਂ ਜਿਵੇਂ ਆਪਾਂ ਕਹਿ ਦਈਏ ਨਾ ਪ੍ਰੋਸਟੀਟਿਊਟ ਨਾਲੋਂ ਵੀ ਇਹ ਤਾਂ ਵੱਧ ਗਿਆ ਉਹ ਤਾਂ ਫਿਰ ਵੀ ਚਲੋ ਲਿਮਿਟ ਹੁੰਦੀ ਆ ਉਹਨਾਂ ਦੀ ਅਗਲੀਆਂ ਇੱਕ ਦੋ ਜਾਣਿਆਂ ਨੂੰ ਮਿਲਦੀਆਂ ਇਹ ਤਾਂ ਕਹਿੰਦੀਆਂ ਅਸੀਂ ਤਾਂ ਸੈਟੀਸਫਾਈ ਹੋਈ ਨਹੀਂ ਹੈਗੀਆਂ ਸਾਨੂੰ ਕੋਈ ਸੈਟੀਸਫਾਈ ਨਹੀਂ ਕਰ ਸਕਦਾ ਇਹ ਇੱਦਾਂ ਕਹਿੰਦੀਆਂ ਆਨਲਾਈਨ ਹੋ ਕੇ ਇਹਨਾਂ ਨੇ ਬਿਜ਼ਨਸ ਪਤਾ ਕਿਹੜੇ ਖੋਲੇ ਆ ਉਹ ਮੈਂ ਦੱਸ ਨਹੀਂ ਸਕਦੀ ਇਹਨਾਂ ਨੇ ਇੰਨੇ ਘਟੀਆ ਘਟੀਆ ਬਿਜ਼ਨਸ ਖੋਲੇ ਆ ਸੀਰੀਅਸਲੀ ਆਵਾ ਉੱਤੇ ਪਿਆ ਕਈ ਵਾਰ ਤਾਂ ਹੁਣ ਮੈਂ ਨਾਲ ਸ਼ਿਫਟ ਕਰਦੀ ਹਾਂ ਮੈਂ ਬਹੁਤ ਔਖੀ ਜਾਣੀ ਮੈਂ ਆਪਦੇ ਮੈਂ ਟੇਕ ਕੇਅਰ ਕਰਦੀ ਆਪਦੇ ਘਰ ਦੀ ਹਨਾ ਕਦੇ ਕਦੇ ਦਿਲ ਦਿਮਾਗ ਚ ਆਉਂਦਾ ਆ ਵੀ ਇਹ ਤਾਂ ਇੰਨਾ ਕੁ ਕੁਛ ਕਰਕੇ ਮਿਲੀਅਨ ਬਣਾਈ ਜਾਂਦੀਆਂ ਤੇ ਸਾਡੇ ਵਰਗੇ ਫੇਰ ਉੱਥੇ ਜੋ ਸੀ ਹਨਾ ਬੇਟਾ ਮਨ ਜਿਹੜਾ ਕਦੇ ਭਟਕਣਾ ਨਹੀਂ ਤੁਹਾਡਾ ਤੁਸੀਂ ਬਹੁਤ ਸਤਿਕਾਰਯੋਗ ਹੋ ਤੁਸੀਂ ਉਸ ਕੁੱਖ ਤੋਂ ਜਨਮ ਲਿਆ ਜਿਹੜੀ ਕੁੱਖ ਨੂੰ ਸਦੀਆਂ ਵਿੱਚ ਸਲਾਮ ਰਹਿਣਾ ਕੁੱਖ ਦਾ ਮੈਨੂੰ ਦਾਦੀ ਮੇਰੀ ਮਾਤਾ ਜਿਵੇਂ ਉਹ ਵੀਰਾ ਕਹਿੰਦਾ ਪਹਿਲਾਂ ਕਹਿ ਕੇ ਗਿਆ ਨਾ ਕਿ ਉਹਦੀ ਮੰਮੀ ਜਦੋਂ ਡੋਰ ਤੇ ਖੜਦੀ ਆ ਸਿਰ ਤੇ ਚੁੰਨੀ ਲੈਂਦੀ ਆ ਮੇਰੀ ਮਾਤਾ ਜੀ ਅਜੇ ਬੈੱਡ ਤੇ ਸੁੱਤੀ ਵੀ ਪੈਂਦੀ ਆ ਨਾ ਇਦਾਂ ਸਿਰ ਤੇ ਚੁੰਨੀ ਲੈ ਕੇ ਪਈ ਹੁੰਦੀ ਆ ਮੈਂ ਸੋਚਦੀ ਹੁੰਦੀ ਆ ਵੀ ਪਹਿਲੇ ਜ਼ਮਾਨੇ ਬੈਟਰ ਸੀਗੇ ਅੱਜ ਕੱਲ੍ਹ ਲੋਕੀ ਕਹਿ ਰਹੇ ਆ ਕਿ ਅਸੀਂ ਵੈਸਟਰਨ ਆ ਵੈਸਟਰਨ ਕਲਚਰ ਯੂਜ਼ ਕਰਦੇ ਆ ਇਹ ਇੰਨਾ ਵੀ ਨਹੀਂ ਹੈਗੇ ਐਡਵਾਂਸ ਇੱਥੇ ਦੇ ਲੋਕ ਵੀ ਇੰਨੇ ਐਡਵਾਂਸ ਨਹੀਂ ਹੈਗੇ ਕਿ ਤੁਸੀਂ ਬਸ ਜੀ ਆਵਾ ਹੀ ਉੱਤਿਆ ਪਿਆ ਬਸ ਪੰਜਾਬੀ ਚ ਜਿਹਨੂੰ ਕਹਿ ਦਈਏ ਨਾ ਆਵਾ ਉੱਤਿਆ ਪਿਆ ਬਸ ਉਹ ਹੋਇਆ ਪਿਆ ਜਿਹੜੀ ਆਂਟੀ ਹੈ ਕਿੱਥੋਂ ਦੀ ਵੈਸੇ ਤੁਹਾਨੂੰ ਪਤਾ ਕੁਛ ਇਹਦੇ ਬਾਰੇ ਮੈਂ ਦੇਖੀ ਨੀ ਪਰ ਮੈਂ ਜਿਹੜੀਆਂ ਦੋ ਚਾਰ ਹੈਗੀਆਂ ਨੇ ਨਾ ਜਿਹੜੀਆਂ ਕਹਿੰਦੀਆਂ ਅਸੀਂ ਮਿਲੀਅਨ ਬਣਾ ਲਿਆ ਅਸੀਂ ਇੱਦਾਂ ਕਰ ਲਿਆ ਉੱਦਾਂ ਕਰ ਲਿਆ ਉਹ ਉਹਨਾਂ ਦਾ ਤਾਂ ਮੈਨੂੰ ਪਤਾ ਇੱਥੋਂ ਦੀਆਂ ਬ੍ਰਾਹਮਣ ਦੀਆਂ ਹੀ ਨੇ ਉਹਨਾਂ ਦੇ ਐਡਰੈਸ ਵਗੈਰਾ ਵੀ ਹੈਗੇ ਆ ਸਭ ਕੁਛ ਹੈਗਾ ਪਰ ਲੋਕੀ ਮੈਨੂੰ ਸਮਝ ਨਹੀਂ ਆਉਂਦੀ ਕਰਦੇਗਾ ਤਾਂ ਨਹੀਂ ਇਹਨਾਂ ਦਾ ਕੁਛ ਇਹ ਬਾਹਰ ਨਹੀਂ ਜਾਂਦੀਆਂ ਸ਼ਾਬਦ ਸ਼ਾਪਾਂ ਚ ਜਾਂ ਲੋਕਾਂ ਚ ਗੁਰੂ ਘਰ ਮੰਦਰ ਇਹ ਜਾਂਦੀਆਂ ਜੀ ਦਿਵਾਲੀਆਂ ਦੇ ਫੰਕਸ਼ਨਾਂ ਤੇ ਜਾਂਦੀਆਂ ਕਦੇ ਕਿੱਥੇ ਜਾਂਦੀਆਂ ਕਦੇ ਸਾਰੇ ਕਿਤੇ ਜਾਂਦੀਆਂ ਇਹ ਇੰਟਰਨੈਟ ਤੇ ਸ਼ੋਅ ਕਰਦੀਆਂ ਸੀ ਕਿੱਥੇ ਘੁੰਮਣ ਗਈਆਂ ਸਾਨੂੰ ਇਸ ਪਾਰਟੀ ਤੇ ਸੱਦਿਆ ਸਾਡਾ ਬਿਜ਼ਨਸ ਪਾਰਟਨਰ ਫਲਾਨਾ ਵਾ ਸਾਡਾ ਬਿਜ਼ਨਸ ਪਾਰਟਨਰ ਢਿੰਦਾ ਵਾ ਇਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਉਹੋ ਜਿਹੇ ਕਈ ਲੋਕ ਜਿਹੜੇ ਇਹਨਾਂ ਨੂੰ ਸਬਸਕ੍ਰਾਈਬ ਕਰਦੇ ਆ ਇਹਨਾਂ ਨੂੰ ਆਪਦੇ ਕ੍ਰੈਡਿਟ ਕਾਰਡਾਂ ਦੀ ਇਨਫੋਰਮੇਸ਼ਨ ਦਿੰਦੇ ਆ ਉਹੋ ਜਿਹੇ ਲੋਕ ਗੁਰਦੁਆਰੇ ਲਿਜਾ ਕੇ ਤਾਂ ਕੋਈ ਚੀਜ਼ ਇੱਦਾਂ ਦਾਨ ਨਹੀਂ ਕਰ ਸਕਦੇ ਜਾਂ ਕਿਸੇ ਹੋਮਲੈਸ ਨੂੰ ਕੁਛ ਨਹੀਂ ਦੇ ਸਕਦੇ ਬਸ ਇਹਨਾਂ ਕੁੜੀਆਂ ਬੁੜੀਆਂ ਨੂੰ ਵੇਖਣ ਨੂੰ ਗਾਂ ਦੀਆਂ ਡਾਊਨਲੋਡ ਕਰਕੇ ਵਟਸਐਪ ਤੇ ਗਾਂ ਦੀਆਂ ਇੱਕ ਦੂਜੇ ਨੂੰ ਭੇਜੀ ਜਾਂਦੇ ਆ ਹਨਾ ਪਰ ਮੈਂ ਇਹ ਕਹੂੰਗੀ ਵੀ ਫਿਰ ਸਾਰੀਆਂ ਕੁੜੀਆਂ ਨੂੰ ਅਗਲਾ ਉਸ ਨਜ਼ਰੀਏ ਨਾਲ ਦੇਖਦਾ ਹੁਣ ਮੈਂ ਤੁਸੀਂ ਯਕੀਨ ਨਹੀਂ ਮੰਨਣਾ
ਲੋਕੀ ਕਈ ਕਹਿ ਦਿੰਦੇ ਆ ਕਿ ਤੁਸੀਂ ਵੀ ਏਦਾਂ ਏਦਾਂ ਦੀ ਜਦੋਂ ਮੈਂ ਵੀ ਇੰਸਟਾਗ੍ਰਾਮ ਯੂਜ ਕਰਦੀ ਮੈਂ ਵੀ ਸਨੈਪਚੈਟ ਯੂਜ ਕਰਦੀ ਸਭ ਕੁਛ ਯੂਜ ਕਰਦੀ ਹਾਂ ਕਈ ਲੋਕੀ ਤਾਂ ਮੇਰੇ ਕੋਲ ਕੋਈ ਨੋਰਮਲ ਫੋਟੋ ਵੀ ਅੱਜ ਪਾ ਦਿੰਦੇ ਨੇ ਅਗਲਾ ਕਹਿੰਦਾ ਤੁਸੀਂ ਵੀ ਮਤਲਬ ਉਹ ਚੀਜ਼ ਰੱਖੀ ਹੋਈ ਆ ਜਿਹੜੀ ਆਮ ਅੱਜ ਕੱਲ੍ਹ ਚੱਲ ਰਹੀ ਆ ਏਦਾਂ ਇਹ ਨਾ ਹੁੰਦਾ ਫਿਰ ਇੱਕ ਚੱਕੀ ਦੇ ਵਿੱਚ ਸਾਰੇ ਸਾਰੇ ਪੀਸੇ ਜਾਂਦੇ ਆ ਗੰਦਿਆਂ ਦੇ ਨਾਲ ਚੰਗੇ ਵੀ ਪੀਸੇ ਜਾਂਦੇ ਆ ਇਹ ਕੇਸ ਇਹ ਬਹੁਤ ਜ਼ਿਆਦਾ ਹੋਇਆ ਪਿਆ ਵਾ शर्म महसूस करनगे जिन्होंने इन्हों सबसक्राइब किया कल थोड़ी मां धी या भैन भी चोरी चोरी थोड़े को चला सकती है यहोजा कुछ तो उदो भी सबसक्राइब करो ये आप ऑनलाइन बस एक अपने होर भी ब्रैम्पटन भी हैगा पिछे जे अपना भी कोई इशू होया सी उहदे नाल ओह इस लैवल तक चल जांदा बंदा ओह बोलन लगे ही नहीं वेंदा ओह बाद चो यह गल्लां भी दस दिंदा कि मेरी भैन ने अज आ रंग दे अंडरगारमेंट पहने आ ते जां ओह आ रंग दे लैके आई आ ओह इस लैवल तक चल जांदा अपनी भैन बारे अपनी सकी भैन बारे कि मेरी मेरी भैन ने अज इहो जे कपड़े अंडर जिहड़े पहने होए आ ओह माय गॉड अपनी भैन बारे शर्म चाहीदी आ मां नूं शर्म चाहीदी ने इहो जिहे हां जी बच्चिआं नूं जे बच्चे कहदे आ इह बच्चे आ तां थैंक यू थोड़ा टॉपिक लेके आए जी बहुत लोड़ सी मेहरबानी बड़ा अच्छा लगा पार्टिसिपेट किया।